हेलो गाइस, सत श्री अकाल सारेयां नूं। टाइम कितना हो गया अम्मा? टाइम हो गया 5:15 गए सो जा रहे आपां चंडीगढ़। माता जी जे जाएंगी आवा डाके ना इहनूं जिंदा ला दूंगा। हेलो, हां जी, हेलो, हां जी, सत श्री अकाल जी सारेयां नूं। पिंड पंजाब दे चैनल ते तुहाडा स्वागत है। होर दसो जी, किवें हो? सारी ठीक ठाक, वधिया। टाइम सवा 5 हो गए जी। मैनूं ऐसे असीं 5 बजे घरों चल पांगे। ਆਪਾਂ ਚੰਡੀਗੜ੍ਹ ਜਾ ਰਹੇ ਹਾਂਗੇ। ਮੈਂ ਰਿਪਨ ਦਾ ਜੂੜਾ ਕਰਨਾ ਜੀ, ਬਾਕੀ ਤਿਆਰ ਕਰਕੇ ਬੰਦ ਹੋ। ਜੂੜਾ ਤਾਂ ਕਰਨਾ ਪਊਗਾ। ਓਕੇ, ਗੁਰਮੀਨ ਨੂੰ ਚਾਹ ਦੇ ਕੇ ਖਾ ਦੋ ਮੰਮਾ। ਟਾਈਮ 8:45 ਦਾ। ਕਿਹੜੀ ਹੋਈ ਹੈ ਡੇਟ? ਛੋਟਾ ਟਾਈਮ 4:30 ਦਾ। ਰਿਪਨ ਨੂੰ ਮੈਂ ਲੈ ਇੱਧਰ ਹੀ ਆ ਜਾ। ਓਕੇ ਗੁਲੀ, ਗੁੱਡ ਮਾਰਨਿੰਗ। ਸਾਡਾ ਉਧਰਲਾ ਏਸੀ ਖਰਾਬ ਹੋ ਗਿਆ, ਸਾਰਾ ਰਾਤ ਇੱਥੇ ਪਿਆਂਗੇ। ਪਤਾ ਨਹੀਂ ਕੀ ਹੋ ਗਿਆ, ਅਸੀਂ ਕੂਲਿੰਗ ਕਰਨ ਨੂੰ ਹਟ ਗਿਆ। ਗਰਮੀ ਬਹੁਤ ਜ਼ਿਆਦਾ ਜੀ, ਹਰ ਕੇ ਇੱਥੇ ਮੈਟ ਤਾਂ ਡੇਗੀ ਹੁੰਦੇ ਨੇ, ਹੱਥੀ ਪੈ ਗਏ। ਲੈ ਰਿਪਨ, ਆ ਜਾ ਪੁੱਤ, ਬੱਚੀ ਵੜ ਕੇ ਲਿਆ। ਸਾਹ ਆਇਆ, ਇੰਨੀ ਗਰਮੀ ਆ ਸਵੇਰ ਦੀ। ਤਾਰ ਤੂਰ ਆਪਾਂ ਕੱਢ ਦਿੱਤੀ ਹੈ ਜੀ, ਮੱਝਾਂ ਰੱਜੀਆਂ ਖੜੀਆਂ ਨੇ, ਅਤੇ ਨਹੀਂ ਮੈਂ ਤਾਂ ਗੋਹਾ ਵੀ ਚੱਕ ਦਿੰਦੀ। ਉੱਧਰ ਬਾਹਰੇ ਹਨੇਰਾ ਹੈਗਾ, ਮੈਨੂੰ ਡਰ ਲੱਗਦਾ ਹੁਣ। ਪਹਿਲਾਂ ਤਾਂ ਮੈਨੂੰ ਕੋਈ ਚੱਕਰ ਨਹੀਂ ਸੀ, ਹੁਣ ਮੈਂ ਸੱਪ ਦੇਖ ਲਿਆ ਉੱਥੇ, ਡਰ ਲੱਗਦਾ ਵੀ ਹਨੇਰੇ 'ਚ ਕੋਈ ਪੈਰ ਨਾ ਟਿਕ ਜੇ ਉੱਤੇ। ਕਿਸੇ ਨੂੰ ਕਿਹਾ ਗੋਹਾ ਉਹ ਧਾਰ ਕੱਢ ਕੇ ਦੁੱਧ ਸਾਂਭ ਦਿੱਤਾ ਹੈਗਾ। ਗੁੱਲੀ ਨੇ ਕਿਵੇਂ ਤੇਰੀ ਯਾਰ ਪੁੱਤ, ਜਾਏਗਾ ਸਕੂਲ ਤੂੰ? ਬਾਕੀ ਜਾਈ ਘਰੇ ਕੀ ਕਰੇਗਾ? ਗੋਲੀਆਂ ਕਹਿ ਦਿੱਤੀਆਂ ਨੇ ਡਾਕਟਰ ਨੇ, ਨਾਲ ਲੈ ਜੀ ਜਾਂਦਾ ਜੀ ਉੱਥੇ ਦਰਦ ਦੁੱਧ ਹੋਇਆ ਜੇ ਡਾਕਟਰ ਮੈਮ ਤੋਂ ਲੈ ਲਈ ਉੱਥੇ ਫੇਰ ਕੇ ਆ ਕੇ ਦਵਾਈ ਦਵਾ ਦਾਂਗੇ ਤੈਨੂੰ। ਸਾਨੂੰ ਹੋ ਸਕਦਾ ਜੀ ਆਉਂਦਿਆਂ ਨੂੰ ਹਨੇਰਾ ਹੋ ਜੇ, ਲੇਟ ਹੋ ਸਕਦਾ। ਨਾਲ ਜਾ ਰਹੇ ਨਾ ਇੱਧਰ ਨੂੰ ਗੱਲ ਲਾ ਬਾਬਾ, ਮੈਂ ਤਾਂ ਕੁੱਟ ਚਾਹ ਵੀ ਨਹੀਂ ਪੀਤੀ ਹੈਗੀ। ਫਿਰ ਇਹਨੇ ਬਲੈਕ ਪਟਕਾ ਕਰ ਮੰਨ ਰਿਹਾ ਹੈ। ਮੈਂ ਮਾਟੂ ਫਰਾਫਟ ਪਹਿਲਾਂ ਤਾਂ ਮੈਨੂੰ ਜਿਵੇਂ ਠੰਡੀ ਚਾਹ ਦੇ ਤੀ, ਹੁਣ ਬਾਲੀ ਕਰਨੀ ਸੀ। ਭੱਜ ਭੱਜ ਕੇ ਕੰਮ ਨੇ ਵਿਹੜੇ ਨੇ, ਚਾਹ ਪੀਣ ਦਾ ਟਾਈਮ ਨਹੀਂ। ਮਨਵੀਰ ਸੈਲਫ ਤੇ ਦਹੀਂ ਨੇ ਤਾਂ ਨਹੀਂ ਪੇਧਰ ਜੰਮਣ ਵਾਸਤੇ। ਜੇ ਤੂੰ ਜਦੋਂ ਜਾਵੇਂਗੀ ਦੇਖ ਲਈ ਚੱਕ ਕੇ, ਜੇ ਜੰਮ ਗਈ ਫਿਰ ਤਾਂ ਫਰਿੱਜ 'ਚ ਰੱਖ ਦੀ, ਨਹੀਂ ਫਿਰ ਉਹ ਜੱਸੀ ਆ ਕੇ ਰੱਖ। ਜਾਣ ਵੇਲੇ ਇੱਕ ਵਾਰੀ ਉਹ ਲਾ ਕੇ ਦੇਖ ਲਈ ਢੱਕਣ, ਨਹੀਂ ਖੱਟੀ ਹੋ ਜੂਗੀ ਬਾਰੇ। ਹਾਏ, ਚੰਡੀਗੜ੍ਹ ਮਿਲਦਾ ਗਾਇਸ, ਪਹਿਲੀ ਵਾਰ ਜ਼ਿੰਦਗੀ ਚੰਡੀਗੜ੍ਹ ਜਾ ਰਿਹਾ ਮੈਂ। ਜਾਓ ਖਾ ਖਾ ਕੇ ਪਹਿਲੀ ਵਾਰ ਚੰਡੀਗੜ੍ਹ ਜਾ ਰਿਹਾ ਮੈਂ। ਗੱਡੀ ਚਲਾਉਣ ਡੈਡੀ ਦਾ ਫੋਨ ਜਾ ਰਿਹਾ। ਇਹਦੇ ਜਿੱਫਾਂ ਥੋੜੀਆਂ ਨੇ, ਤਾਂ ਨਹੀਂ ਮੈਨੂੰ ਚੱਕ ਲੱਗਦਾ ਵਾਲਾ ਇਹ ਮੱਤ। ਔਰ ਕੀ ਨੇ ਵੱਡਾ ਪਰਸ ਲਿਆ ਕੇ ਦੇ, ਉਹ ਵੀ ਲਿਆ ਬਾਲੀ ਖਰਾਬ ਹੋ ਗਿਆ। ਹਾਂ ਗਰਮੀ ਕਿੰਨੀ ਹੈ, ਰਿਪੇ ਏਸੀ ਬੰਦ ਕਰ ਪਾਦੀ ਕੋਈ ਬਾਹਰ ਬੰਦ ਕਰਕੇ ਤਾਂ ਆਪਰਾ ਨਹੀਂ ਕਰਨ ਹੋਣ। ਤੇਰੇ ਡੈਡੀ ਨੇ ਡਾਕੂਮੈਂਟਸ ਲੈ ਲਏ ਸਾਰੇ? ਡਾਕੂਮੈਂਟ ਤੋਂ ਪਤਾ ਇੱਕ ਟੈਂਥ ਸਰਟੀਫਿਕੇਟ, ਇੱਕ ਆਧਾਰ ਕਾਰਡ, ਇੱਕ ਪੈਨ ਕਾਰਡ, ਇੱਕ ਵਾਰ ਫਿਰ ਇਹ ਜੀ ਪਤਾ ਨਹੀਂ ਕੀ ਸੁਣਿਆ ਫਾਰ ਕੀ ਬੋਲਿਆ ਇਹ ਤੋਂ ਤਾਂ ਨਹੀਂ ਸੁਣਿਆ। ਇਹ ਨੂੰ ਮਾਸਕ ਵੀ ਨਹੀਂ ਦਿੱਤੀ ਹੈ ਜੀ। ਪੰਜ ਲੈ ਘੜੀ ਦੇ ਮੇਰੀ ਘੜੀ। ਇੰਨੀ ਗਰਮੀ ਆਇਆ ਅੱਗ ਲਾ ਕੇ ਘੜੀ
ਖਾਓ ਚੱਲੀਏ ਚਲੋ ਚੰਗਾ ਪੁੱਤ ਬਾਹਰ ਬੁਲਾ ਕੇ ਤੁਸੀਂ ਉੱਧਰ ਹੀ ਬਹਿ ਜਾਓ ਆਪਾਂ ਖਾਣ ਬੰਦ ਕਰਦੇ ਲਾਈਟ ਬੰਦ ਕਰਦੇ साढ़े पांच बज गए जी सीधा घंटा लेट आ मनवीर तू तो गुरलीन जे एक बाल्टी पर मैं सन पानी दी रख दू हजे बह जो बिल जा साढ़े के छे बजे पे आ जाओ हाई तुम अद्धा घंटा साढ़े छे बजे उठ के ना लूगी गुरलीन हजे अंदर ही बैठो एसी ला दो पूरे आप साढ़े पाँच बजे घर तो चले तो देखते हैं आप किन्ने बजे तक पहुँच देंगे क्योंकि हूँ जी एक घंटा गड्डी है ना पूरा स्पीड के न चलूगी ट्रैफिक नहीं हैगी इन्नी ज़्यादा सत्त बजे तो बाद जी फिर ट्रैफिक हो जाती हैगी उस तो बाद थोड़ा जहा औखा हो जाता तो एक घंटा हूँ आप खिच के जी रख दें गड्डी वाहेगुरु अगे अरदास है भी परमात्मा नाल नाल जायो लंबा सफर है तो पौने 9 बजे मेरे टाइम है ना असी पासपोर्ट के अपलाई करने के लिए जा रहे हैं जी तो पौने 9 बजे का टाइम मेरा है मास्टर जी का टाइम किन्ने बजे मास्टर जी बेटा 4:30 पता नहीं पौने 4 इन्हों का टाइम है साडा सारा दिन आज उत्थे लगूगा देखते हैं उत्थे की करांगे इन्ने फ्री टाइम च किधर जावांगे उंज है मेरे भूआ जी का मुंडा उत्थे है एक होर साडा मुंडा उत्थे है जो तो उन्होंने कॉल कर लाँगे की टाइम पास करांगे जी उत्थे रिपन नाल आया कहना थोड़े को फ्री टाइम है कहना मैं घूमू फिरूंगा पता नहीं घुमाया जाऊगा कि ना कहना मामा मैं कहीं चंडीगढ़ नहीं देखा मैं चंडीगढ़ दिखा दो चलो देख दिया जी चलो ठीक है जी आप चलते हैं जिते भी कितने रास्ते दे रुके तो गलबात करते रहेंगे ठीक है तो अजे सड़क के उपर हनेरा है हौली होता फिर दिन चढ़ जू बस स्टार्ट है दिन चढ़ना हूँ 6 बजे तो बिल्कुल चिट्टा हो जाता है 15 मिनट जी हो जू 6 बजे भाई रणजीत सिंह जी का गुरद्वारा साहिब है जो शेखपुरा पहुँच गया अपन देखो रेड रेड सूट ज्यादा चढ़ता टाइम हो गया जी 6:20 एक घंटे च पटियाले ही जावे अपन ट्रक मिलने लगे बढ़िया वधिया सड़क आ रही सी ਚੰਡੀਗੜ੍ਹ ਮੈਂ ਜਾਊਂਗੀ ਨਹੀਂ ਹੋਮਲੈਂਡ ਦੇਖਣਾ ਸਿੱਧੂ ਨੇ ਸੋਚ
ਮੂਸੇ ਵਾਲਾ ਗੀਤ ਹੁੰਦਾ ਜਿਹੜਾ ਕਿਹੜਾ ਗੀਤ ਨੇ ਪਣਾ ਉਹ ਬੈਟਰੇ ਫੈਟ ਦੱਲੇ ਹੋਣ ਲੈਣ ਵਾਲੀ ਤਾਂ ਹੀ ਉਹ ਯਾਰ ਪਿੰਡ ਰਹਿੰਦੇ ਆ ਨਹੀਂ ਰਹਿੰਦਾ ਉਹ ਬਿਲਡਿੰਗ ਆਉਂਦਾ ਉਹਦਾ ਕੀ ਹੋਮਲੈਂਡ ਦਾ ਪੂਰਾ ਜੇ 45 ਮਿੰਟਾਂ ਹੋ ਗਿਆ ਸਾਰੇ ਪਾਸਪੋਰਟ ਵਾਲੇ ਜਾ ਰਹੇ ਆ ਦੇ ਪਿੰਡ ਵਾਲੇ ਵੀ ਦਿਨ ਵਿਚਾਰੇ ਜੀ रोज इन भीड़ होती है इन लोग पासपोर्ट बन रहे दो रुपया पैसे हाए वो एक रुपये भी लगन लग गया ਕਿੰਨੇ ਵਜੇ ਆ ਗਿਆ ਆਪਾਂ ਟਾਈਮ ਹੋ ਗਿਆ 8 ਪੂਰੇ 7:37 ਕਿੰਨਾ 3 ਘੰਟੇ ਰਾਹ ਹੋ ਗਿਆ 2.5 ਘੰਟੇ ਜਾਇਆ 5:30 ਚੱਲੇ ਸੀ 8 ਵਜੇ ਪਹੁੰਚਿਆ 2.5 ਘੰਟੇ ਲਓ ਜੀ ਇੱਥੇ ਆਪਾਂ ਰੁਕਿਆਂਗੇ ਬ੍ਰੇਕਫਾਸਟ ਕਰਾਂਗੇ ਪਰੌਂਠੇ ਕਹਿੰਦੇ ਨੇ ਕਹਿੰਦੇ ਪਰੌਂਠਾ ਮਿਲੂਗਾ ਨਾਨ ਮਿਲੂਗਾ ਪਰੌਂਠਾ ਕਿਹਾ ਵੀ ਪਰੌਂਠਾ ਦੇ ਦਿਓ ਅਚਾਰ ਦਹੀਂ ਨਾਲ ਜਾਂ ਦੇ ਨਾਲ ਵੀ ਮਿਲੂਗਾ ਕੁਛ ਨਾ ਕੁਛ ਖਾ ਲਾਂਗੇ ਸਵੇਰੇ ਵੀ ਜਲਦੀ ਚੱਲਿਆਂ ਜੀ ਘਰੋਂ ਬਣਾਉਣ ਦਾ ਟਾਈਮ ਨਹੀਂ ਲੱਗਿਆ ਜਿਹੜਾ ਟਾਈਮ ਹੈ ਜੀ ਹੁਣ 9:30 ਦਾ ਹੋ ਗਿਆ ਮੇਰੇ ਕੋਲ 9:25 ਹੋਏ ਜੀ ਗੱਡੀ 'ਚ 9:30 ਅਤੇ ਅਸੀਂ ਫ੍ਰੀ ਹੋ ਗਿਆ ਮਾਸਟਰ ਜੀ ਦਾ ਟਾਈਮ ਹੈਗਾ ਅਸੀਂ ਅਪਲਾਈ ਦਾ ਉਹਦਾ 9:00 ਦਾ 4:45 ਵਜੇ ਦਾ ਪਰ ਸਾਡਾ ਕੰਮ ਇਕੱਠਾ ਨਿਬੜ ਗਿਆ ਅਸੀਂ ਉੱਥੇ ਕਹਿਤਾ ਵੀ ਅਸੀਂ ਜੀ ਦੋਨੋਂ ਮੀਆਂ ਬੀਵੀ ਹਾਂ ਸਾਨੂੰ ਲੇਟ ਹੋਈ ਤੁਸੀਂ ਦੂਰੋਂ ਆਇਆ ਤਾਂ ਨਿਬੜ ਗਿਆ ਕੰਮ ਸਹੀ ਹੁਣ 9:30 ਅਸੀਂ ਫ੍ਰੀ ਹੋ ਗਏ ਸਾਨੂੰ ਨਹੀਂ ਪਤਾ ਅਸੀਂ ਕਿੱਧਰ ਜਾਣਾ ਹੁਣ ਚੰਡੀਗੜ੍ਹ ਘੁੰਮਣਾ ਜਾਂ ਪਟਿਆਲੇ ਖੜ੍ਹਨਾ ਜਾਂ ਕੀ ਕਰਨਾ ਬਾਕੀ ਮਾਸਟਰ ਜੀ ਨੂੰ ਪਤਾ ਇੱਕ ਵਾਰੀ ਗੱਡੀ ਦੇਖ ਸਾਈਡ 'ਤੇ ਲਾ ਕੇ ਨਾ ਕੁਛ ਪੀ ਲਈਏ ਖਾਣਾ ਨਹੀਂ ਪੀਵਾਂਗੇ ਚਾਹੇ ਕੋਲ ਡਰਿੰਕ ਕੋਈ ਕੌਫੀ ਕੋਈ ਕੁਛ ਵੀ ਭਾਈ ਮੰਗਿਆਈ ਹੈ ਇੱਥੇ ਸਾਨੂੰ ਪਾਣੀ ਦੀ ਬੋਤਲ 30 ਰੁਪਏ ਦੀ ਦਿੱਤੀ ਹੈ ਜਿਹੜੀ 15 ਰੁਪਏ ਦੀ ਬੋਤਲ ਹੈ 30 ਰੁਪਏ ਦੀ ਲਾਈ ਹੈ ਉੱਥੇ ਜਿਹੜੀ ਸਾਡੀ ਪਾਣੀ ਦੀ ਬੋਤਲ ਅਸੀਂ ਘਰੋਂ ਬਾਹਰ ਕਿਰਿਆ ਦੀ ਉਹ ਖਤਮ ਹੋ ਗਈ ਰਿਪਨ ਕਹਿੰਦਾ ਮੈਂ ਅਲਾਂਟਾ ਮਾਲ ਘੁੰਮਣਾ ਮੈਨੂੰ ਮੈਂ ਪੁੱਤ ਉੱਥੇ ਆਪਣਾ ਸਾਰੇ ਪਰਸ ਕਰ ਲਿਓ ਕਿ ਦੋ ਚੀਜ਼ਾਂ ਆਉਣਗੀਆਂ ਹੋਰ ਕੁਛ ਨਹੀਂ ਆਉਂਦਾ ਅਲਾਂਟੇ ਮਾਲ 'ਚ ਦੇਖ ਦਿਆਂਗੇ ਕੀ ਕਰਨਾ ਕਿੱਧਰ ਜਾਣਾ ਫ੍ਰੀ ਹੋ ਗਿਆ ਆਪਾਂ ਟਾਈਮ ਸਿਰ ਕਿੱਧਰ ਜਾਣਾ ਹੁਣ ਹੈ ਕੀ ਲਏਗਾ ਅਲਾਂਟੇ 'ਚੋਂ ਪੈਸੇ ਕਿੱਥੇ ਤੇਰੇ ਕੋਲ ਡੈਡੀ ਦਾ ਜੇਬ ਖਾਲੀ ਹੋ ਜੂ ਪਟਿਆਲੇ ਨਹੀਂ ਖਰੀਦੇ ਪੰਚਮੀ ਤਾਂ ਨਹੀਂ ਅੱਜ ਫਿਰ ਤਾਂ ਆਪਾਂ ਸਹੀ ਸਮੇਂ ਤਾਂ ਹੈ ਜੀ ਪੰਚਮੀ ਦੱਸਤਾ ਮੈਂ ਗੱਲ ਇਹਨਾਂ
ਲਓ ਜੀ ਆਪਾਂ ਘਰੇ ਆ ਗਏ ਆਂਗੇ ਤੇ ਥੋੜਾ ਜਿਹਾ ਟਾਈਮ ਆਪਾਂ ਰੈਸਟ ਕਰ ਲਈਏ ਟਾਈਮ ਹੈ ਜਿਹੜਾ 5:30 ਵਜੇ ਦਾ ਹੋ ਗਿਆ ਬਸ ਧਾਰ ਦਾ ਟਾਈਮ ਹੋ ਪਿਆ ਅੱਥਨ ਦੀ ਰੋਟੀ ਦਾ ਤੇ ਸਾਡੇ ਹੁਣ ਸਾਰੇ ਕੰਮ ਨੇ ਜਿਹੜੇ ਬਿਜੀ ਵਾਲੇ ਨਿਕਲ ਗਏ ਨੇ ਅੱਜ ਸਾਡਾ ਚੰਡੀਗੜ੍ਹ ਵੀ ਜਾਣਾ ਬਹੁਤ ਜ਼ਰੂਰੀ ਸੀ ਪਹਿਲਾਂ ਵੀ ਅਸੀਂ ਕਾਫੀ ਜ਼ਿਆਦਾ ਕਈ ਦਿਨਾਂ ਦੇ ਹੈ ਨਾ ਬਿਜੀ ਚੱਲ ਰਹੇ ਸੀ ਬਹੁਤ ਸਾਰੇ ਕੰਮ ਸੀ ਜਿਹੜੇ ਆਪਣੇ ਉਹ ਨਿਕਲ ਗਏ ਨੇ ਹੁਣ ਮੈਂ ਪੂਰਾ ਜਿਹੜਾ ਧਿਆਨ ਦੇ ਨਾਲ ਆਪਣੇ ਬੁਟੀਕ ਦੇ ਕੰਮ 'ਤੇ ਧਿਆਨ ਦੇਣਾ ਅਤੇ ਬਾਕੀ ਜੀ ਪ੍ਰਿੰਟ ਫੈਬਰਿਕ ਇੰਨਾ ਜ਼ਿਆਦਾ ਆਇਆ ਹੋਇਆ ਹਰ ਤਰ੍ਹਾਂ ਦੀ ਵਰਾਇਟੀ ਆਪਣੇ ਕੋਲ ਪਈ ਹੈ ਮੈਥੋਂ ਉਹਦੀ ਵੀਡੀਓ ਤੱਕ ਦੀ ਸੂਟ ਹੁੰਦੀ ਸੀ ਅਤੇ ਹੁਣ ਮੈਂ ਕੋਸ਼ਿਸ਼ ਕਰਦੀ ਹਾਂ ਵੀ ਨਵੇਂ ਤੁਹਾਡੇ ਲਈ ਪ੍ਰਿੰਟਡ ਸੂਟ ਕਢਾਈ ਵਾਲੇ ਸੂਟ ਲੈ ਕੇ ਆਵਾਂ ਅਤੇ ਬਹੁਤ ਸੋਹਣਾ ਫੈਬਰਿਕ ਸਾਰੀ ਗੱਲਬਾਤ ਆਪਾਂ ਤੁਹਾਡੇ ਨਾਲ ਕਰਦੇ ਰਹਾਂਗੇ ਜੀ ਪੰਜਾਬੀ ਕੋਰਨਰ 'ਤੇ ਆਉਣਗੀਆਂ ਪ੍ਰਿੰਟਡ ਸੂਟਾਂ ਦੀਆਂ ਵੀਡੀਓ ਵਿਦ ਪ੍ਰਾਈਸ ਵੀ ਕੀ ਪ੍ਰਾਈਸ ਹੈ ਕਿਹੜੇ ਬ੍ਰਾਂਡ ਦੇ ਨੇ ਕਿਹੜਾ ਬ੍ਰਾਂਡ ਮਹਿੰਗਾ ਪੈਂਦਾ ਕਿਹੜਾ ਬ੍ਰਾਂਡ ਸਸਤਾ ਪੈਂਦਾ ਸਾਰੀ ਗੱਲਬਾਤ ਆਪਾਂ ਤੁਹਾਡੇ ਨਾਲ ਕਰਾਂਗੇ ਅਤੇ ਜਿੰਨਾ ਭੈਣਾਂ ਅਤੇ ਵੀਰਾਂ ਦੇ ਪਾਰਸਲ ਰਹਿੰਦੇ ਨੇ ਪ੍ਰਿੰਟਡ ਸੂਟਾਂ ਵਾਲੇ ਪਲੀਜ਼ ਥੋੜ੍ਹੇ ਜਿਹਾ ਵੇਟ ਕਰ ਲਓ ਜੀ ਬਾਕੀ ਕਾਫੀ ਹੱਦ ਤੱਕ ਅਸੀਂ ਲਾ ਦਿੱਤੇ ਨੇ ਜਿਨ੍ਹਾਂ ਨੂੰ ਅਜੇ ਤੱਕ ਪਾਰਸਲ ਦੀ ਫੋਟੋ ਨਹੀਂ ਗਈ ਵੀ ਤੁਹਾਡਾ ਲੱਗਿਆ ਨਹੀਂ ਤਾਂ ਉਹ ਅੱਜ ਅਸੀਂ ਸ਼ਾਮ ਨੂੰ ਅਸੀਂ ਪੈਕ ਕਰਦੇ ਹਾਂ ਕਿਉਂਕਿ ਮੈਂ ਕਈ ਦਿਨਾਂ ਦੀ ਬਹੁਤ ਜ਼ਿਆਦਾ ਬਿਜੀ ਚੱਲ ਰਹੀ ਸੀ ਇਸ ਕਰਕੇ ਥੋੜ੍ਹੇ ਜਿਹੇ ਪਾਰਸਲ ਵੀ ਲੇਟ ਹੋ ਰਹੇ ਨੇ ਮੈਸੇਜ ਰਿਪਲਾਈ ਵੀ ਲੇਟ ਹੋ ਰਹੇ ਨੇ ਪਿਛਲੇ 4-5 ਦਿਨਾਂ ਤੋਂ ਮੈਸੇਜ ਰਿਪਲਾਈ ਨਹੀਂ ਹੋ ਰਹੇ ਅਤੇ ਹੁਣ ਥੋੜ੍ਹਾ ਥੋੜ੍ਹਾ ਕਰਕੇ ਕੋਸ਼ਿਸ਼ ਕਰਦੇ ਹਾਂ ਆਪਾਂ ਗੱਡੀ ਨੂੰ ਲਾਈਨ 'ਤੇ ਲੈ ਆਈਏ ਕੰਮ ਸਾਰੇ ਨਿਕਲ ਗਏ ਨੇ ਬਸ ਵਾਹਿਗੁਰੂ ਜੀ ਅੱਗੇ ਇੱਕੋ ਹੀ ਅਰਦਾਸ ਹੈ ਵੀ ਪਰਮਾਤਮਾ ਸੁੱਖ ਸੰਦ ਰੱਖੇ ਅਤੇ ਆਪਾਂ ਆਪਣਾ ਕੰਮ ਧੰਦੇ ਵੱਲ ਧਿਆਨ ਦੇਈਏ ਅਤੇ ਇੱਕ ਅੱਜ ਗਰਮੀ ਬਹੁਤ ਜ਼ਿਆਦਾ ਪਈ ਹੈ ਜੀ ਬਹੁਤ ਜ਼ਿਆਦਾ ਹੱਦ ਤੋਂ ਵੱਧ ਗਰਮੀ ਪਈ ਆ ਅਤੇ ਰਿਪਨ ਬਿਮਾਰ ਹੋ ਗਿਆ ਸਾਡੇ ਨਾਲ ਗਿਆ ਸੀ ਵਿਚਾਰਾ ਉਹਨੂੰ ਮੈਂ ਆਇਆ ਸੀ ਵੀ ਮੈਂ ਘੁੰਮ ਫਿਰ ਲੂੰਗਾ ਚਲੋ ਮਾਸਟਰ ਜੀ ਵਾਲਾ ਕੰਮ ਛੇਤੀ ਨਿਬੜ ਗਿਆ ਮੇਰੇ ਨਾਲ ਹੀ ਉਹਨਾਂ ਨੂੰ ਵੀ ਬੁਲਾ ਲਿਆ ਸੀ ਅਤੇ ਅਸੀਂ ਫਿਰ ਗੁਰਦੁਆਰਾ ਸਾਹਿਬ ਚਲੇ ਗਏ ਗੁਰਦੁਆਰਾ ਸਾਹਿਬ ਸਾਡਾ ਨਾ ਗਰਮੀ ਜ਼ਿਆਦਾ ਕਰਕੇ ਸਾਡੀ ਕੋਈ ਸਲਾਹ ਨਹੀਂ ਸੀ ਅਸੀਂ ਮੱਥਾ ਟੇਕਣਾ ਪਰ ਜਿੱਥੇ ਪਰਮਾਤਮਾ ਲਿਜਾਣਾ ਚਾਹੁੰਦਾ ਹੁੰਦਾ ਜੀ ਉੱਥੇ ਵਾਹਿਗੁਰੂ ਆਪਾਂ ਨੂੰ ਧੱਕੇ ਨਾਲ ਲੈ ਕੇ ਜਾਂਦਾ ਸਾਨੂੰ ਐਵੇਂ ਨਹੀਂ ਪਤਾ ਸੀ ਵੀ ਅੱਜ ਪੰਚਮੀ ਆ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਵਿਆਹ ਇਕੱਠ ਹੋਊਗਾ ਜੀ ਆਪਾਂ ਮੱਥਾ ਟੇਕਣਾ ਅਤੇ ਪਰ ਸਾਨੂੰ ਤਾਂ ਵੀ ਵਾਹਿਗੁਰੂ ਜੀ ਧੱਕੇ ਦੇ ਨਾਲ ਲੈ ਕੇ ਗਏ ਅਸੀਂ ਜਿੱਧਰਲੇ ਪਾਸੇ ਗਏ ਸੀ ਉੱਧਰ ਰੋਡ ਜਾਮ ਸੀ ਇੱਕ ਪਾਸੋਂ ਅਸੀਂ ਗਲਤ ਮੁੜ ਕੇ ਫਿਰ ਜਮ੍ਹਾਂ ਬਿਲਕੁਲ ਗੁਰਦੁਆਰੇ ਦੇ ਜਦੋਂ ਗੁਰਦੁਆਰਾ ਸਾਹਿਬ ਦੇ ਕੋਲ ਦੀ ਲੰਘਣ ਲੱਗੇ ਮਾਸਟਰ ਜੀ ਕਹਿੰਦੇ ਚਲੋ ਆਪਾਂ ਮੱਥਾ ਟੇਕ ਕੇ ਜਾਈਏ ਵਾਹਿਗੁਰੂ ਜੀ ਨੇ ਬਹੁਤ ਵਧੀਆ ਹੋਇਆ ਹੈ ਨਾ ਕਈ ਵਾਰ ਆਪਾਂ ਸੋਚਦੇ ਹਾਂ ਵੀ ਆਪਾਂ ਕਿਸੇ ਪਾਸੇ ਜਾਣਾ ਹੈ ਜੀ ਉੱਥੋਂ ਆਪਾਂ ਤੋਂ ਨਹੀਂ ਜਾ ਹੁੰਦਾ ਆਪਾਂ ਬਹੁਤ ਕੋਸ਼ਿਸ਼ਾਂ ਕਰਦੇ ਹਾਂ ਉੱਥੇ ਤੱਕ ਆਪਾਂ ਪਹੁੰਚ ਨਹੀਂ ਸਕਦੇ ਹੁੰਦੇ ਹੈ ਨਾ ਉਹ ਵੀ ਪਰਮਾਤਮਾ ਦੀ ਮਰਜ਼ੀ ਹੁੰਦੀ ਹੈ ਪਰ ਅੱਜ ਸਾਨੂੰ ਐਂ ਸੀ ਵੀ ਗਰਮੀ ਬਹੁਤ ਅਸੀਂ ਟਾਈਮ ਸਿਰ ਘਰ ਜਾਵਾਂਗੇ ਸਾਨੂੰ ਵਾਹਿਗੁਰੂ ਜੀ ਕਹਿੰਦੇ ਵੀ ਘਰ ਨਹੀਂ ਮੁੜਨਾ ਤੁਸੀਂ ਮੱਥਾ ਟੇਕ ਕੇ ਜਾਣਾ ਉਹ ਵੀ ਵਾਹਿਗੁਰੂ ਜੀ ਦੀ ਮਰਜ਼ੀ ਹੈ ਪਰਮਾਤਮਾ ਨੂੰ ਪਤਾ ਹੁੰਦਾ ਵੀ ਉਹਨਾਂ ਨੇ ਕਿਹੜੇ ਰੰਗਾਂ 'ਚ ਰੱਖਣਾ ਕਿਹੜੇ 'ਚ ਨਹੀਂ ਰੱਖਣਾ ਚਲੋ ਜੀ ਇਹ ਕੰਮ ਵੀ ਆਪਣਾ ਬਹੁਤ ਜ਼ਿਆਦਾ ਜ਼ਰੂਰੀ ਸੀ ਨਿਬੜ ਗਿਆ ਅਤੇ ਹੁਣ ਆਪਾਂ ਆਪਣੇ ਕੰਮ ਵੱਲ ਧਿਆਨ ਦੇਈਏ ਬੁਟੀਕ ਦੇ ਕੰਮਾਂ ਵੱਲ ਧਿਆਨ ਦੇਈਏ ਅਤੇ ਸੋਹਣੀਆਂ ਸੋਹਣੀਆਂ ਰੋਜ਼ ਤੁਹਾਨੂੰ ਪ੍ਰਿੰਟਡ ਸੂਟ ਕਢਾਈ ਵਾਲੇ ਸੂਟ ਸਾਰੇ ਤਰ੍ਹਾਂ ਦੇ ਫੈਬਰਿਕ ਬਾਰੇ ਜਾਣਕਾਰੀ ਦਿੰਦੇ ਰਹਾਂਗੇ ਜੀ ਵੀ ਕਿਹੜਾ ਫੈਬਰਿਕ ਹੈ ਅਤੇ ਕੀ ਰੇਟ ਪਊਗਾ ਠੀਕ ਹੈ ਅਤੇ ਚਲੋ ਠੀਕ ਹੈ ਜੀ ਫਿਰ ਆਪਾਂ ਅੱਜ ਵਾਲੇ ਵਲੋਗ ਦਾ ਐਂਡ ਇੱਥੇ ਕਰਦੇ ਹਾਂ ਕੱਲ੍ਹ ਨੂੰ ਨਵੇਂ ਵਲੋਗ ਨਾਲ ਮਿਲਦੇ ਹਾਂ ਜੇ ਵਲੋਗ ਵਧੀਆ ਲੱਗਿਆ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੇ ਚੈਨਲ 'ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਠੀਕ ਹੈ ਜੀ ਫਿਰ ਨਵੇਂ ਵਲੋਗ ਨਾਲ ਮਿਲਦੇ ਹਾਂ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਬਾਏ।